ਦੀਵਾਲੀ ਦੀ ਰਾਤ ਦੀਵੇ ਵਾਲੀਨ ਤਾਰੇ ਜਾਤ ਸੁਨਾਤ ਅੰਬਰ ਪਾਲੀਨ ਇਹ ਸ਼ਬਦ ਦੁਨੀਆ ਭਰ ਦੇ ਹਰ ਗੁਰਦੁਆਰੇ ਦੇ ਵਿੱਚ ਦੀਵਾਲੀ ਵਾਲੇ ਦਿਨ ਪੜਿਆ ਜਾਂਦਾ ਹੈ ਭਾਵੇਂ ਸਿੱਖਾਂ ਦਾ ਦੀਵਾਲੀ ਦੇ ਨਾਲ ਕੋਈ ਡਾਇਰੈਕਟ ਸੰਬੰਧ ਨਹੀਂ ਕਿਉਂਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਇਹ ਤਿਉਹਾਰ ਉਸ ਧਰਤੀ ਤੇ ਮਨਾਇਆ ਜਾਂਦਾ ਸੀਗਾ ਤੇ ਸਿੱਖੀ ਦੀ ਸ਼ੁਰੂਆਤ ਵੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਹੀ ਹੁੰਦੀ ਹੈ ਹੁਣ ਜਦੋਂ ਕੋਈ ਤਿਉਹਾਰ ਉਸ ਧਰਤੀ ਤੇ ਇੰਨੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਔਰ ਉਹ ਸਮਾਜ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੁੰਦਾ ਆ ਤਾਂ ਤੁਹਾਡੇ ਕਈ ਵਾਰ ਜਿਹੜੇ ਹਿਸਟੋਰੀਕਲ ਈਵੈਂਟਸ ਨੇ ਉਹ ਉਹਦੇ ਨਾਲ ਜੁੜ ਜਾਂਦੇ ਨੇ ਤੇ ਉਹ ਤਿਉਹਾਰ ਵੀ ਤੁਹਾਡਾ ਇੱਕ ਪਾਰਟ ਬਣ ਜਾਂਦਾ ਆ ਭਾਰਤ ਵਿੱਚ ਵੀ ਅਲੱਗ-ਅਲੱਗ ਸਮਾਜ ਦੇ ਜਿਹੜੇ ਲੋਕ ਨੇ ਉਹ ਦੀਵਾਲੀ ਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖ ਅਗਰ ਆਪਾਂ ਹਿੰਦੂ ਭਾਈਚਾਰੇ ਦੀ ਗੱਲ ਕਰੀਏ ਉਹ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਦੇ ਨਾਲ ਇਹਨੂੰ ਜੋੜ ਕੇ ਦੇਖਦੇ ਨੇ ਤਾਂ ਅਗਰ ਆਪਾਂ ਉੱਤਰ ਤੋਂ ਲੈ ਕੇ ਦੱਖਣ ਤੱਕ ਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਪੂਰੇ ਭਾਰਤ ਨੂੰ ਦੇਖੀਏ ਜਿੱਥੇ ਅਲੱਗ-ਅਲੱਗ ਵਰਗਾਂ ਦੇ ਅਲੱਗ-ਅਲੱਗ ਕਮਿਊਨਿਟੀਆਂ ਰਹਿੰਦੀਆਂ ਨੇ ਉਹ ਵੀ ਦੀਵਾਲੀ ਨੂੰ ਵੱਖਰੇ-ਵੱਖਰੇ ਨਜ਼ਰੀਏ ਨਾਲ ਦੇਖਦੇ ਨੇ ਕਈ ਇਤਿਹਾਸਿਕ ਸਰੋਤਾਂ ਤੋਂ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਦੀਵਾਲੀ ਭਗਵਾਨ ਰਾਮ ਤੋਂ ਵੀ ਪਹਿਲਾਂ ਦੀ ਉਸ ਧਰਤੀ 'ਤੇ ਮਨਾਈ ਜਾਂਦੀ ਸੀ ਅੱਜ ਦੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਸਿੱਖਾਂ ਦਾ ਦੀਵਾਲੀ ਦੇ ਨਾਲ ਕੀ ਸੰਬੰਧ ਹੈ ਜਾਂ ਕਨੈਕਸ਼ਨ ਹੈ ਤਾਂ ਸਿੱਖਾਂ ਦੇ ਲਈ ਦੀਵਾਲੀ ਇੰਪੋਰਟੈਂਟ ਕਿਉਂ ਆ ਇਸ ਵੀਡੀਓ ਨੂੰ ਅਸੀਂ ਤਿੰਨ ਪਾਰਟ ਦੇ ਵਿੱਚ ਡਿਵਾਈਡ ਕਰਾਂਗੇ ਪਹਿਲੇ ਪਾਰਟ ਵਿੱਚ ਆਪਾਂ ਗੱਲ ਕਰਾਂਗੇ ਬੰਦੀ ਛੋੜ ਦਿਵਸ ਦੀ ਜਿਹਦਾ ਸਬੰਧ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਆ ਦੂਜੇ ਪਾਰਟ ਵਿੱਚ ਆਪਾਂ ਗੱਲ ਕਰਾਂਗੇ ਕਿ ਦੀਵਾਲੀ ਦੇ ਨਾਲ ਜਿਹੜਾ ਸਾਡਾ 17ਵੀਂ ਸਦੀ ਦਾ ਇਤਿਹਾਸ ਹੈ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਾਂ ਉਦੋਂ ਜਿਹੜਾ ਦਾ ਜਿਹੜਾ ਇਤਿਹਾਸ ਹੈ ਉਹਦਾ ਸਬੰਧ ਦੀਵਾਲੀ ਦੇ ਨਾਲ ਕਿੱਦਾਂ ਆ ਔਰ ਜਿਹੜੇ ਭਾਈ ਮਨੀ ਸਿੰਘ ਜੀ ਨੇ ਉਹਨਾਂ ਦੀ ਸ਼ਹਾਦਤ ਦਾ ਡਾਇਰੈਕਟ ਕਨੈਕਸ਼ਨ ਦੀਵਾਲੀ ਤਾਂ ਥਰਡ ਪਾਰਟ ਜਿਹੜਾ ਆ ਅਸੀਂ ਗੱਲ ਕਰਾਂਗੇ ਉਹ ਸ਼ਬਦ ਦੀ ਦੀਵਾਲੀ ਦੀ ਰਾਤ ਦੀਵੇ ਵਾਲੀਨ ਕਿ ਉਹ ਸ਼ਬਦ ਨੂੰ ਪਾਈ ਗੁਰਦਾਸ ਜੀ ਨੇ ਕਿਸ ਸੰਦਰਭ ਦੇ ਵਿੱਚ ਲਿਖਿਆ ਆ ਔਰ ਅੱਜ ਦੀਵਾਲੀ ਵਾਲੇ ਦਿਨ ਅਸੀਂ ਉਹਨੂੰ ਕਿਸ ਸੰਦਰਭ ਦੇ ਵਿੱਚ ਪੜ੍ਹਦੇ ਆ ਕਿਉਂਕਿ ਸ਼ਬਦ ਨੂੰ ਜੇ ਸਹੀ ਤਰੀਕੇ ਦੇ ਨਾਲ ਸਮਝਿਆ ਜਾਵੇ ਜਿਸ ਰੂਪੇ ਚੋ ਲਿਖਿਆ ਗਿਆ ਤਾਂ ਹੀ ਉਹਦੀ ਅਹਿਮੀਅਤ ਤਾਂ ਉਹਦਾ ਫਾਇਦਾ ਵੀ ਜਿਹੜਾ ਸਾਨੂੰ ਮਿਲਦਾ ਹੈ ਤਾਂ ਸਾਡਾ ਜਿਹੜਾ ਜੀਵਨ ਹੈ ਉਹ ਬਦਲਦਾ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਬੰਦੀ ਛੋੜ ਦੀ ਵਸਤੀ ਹੁਣ ਬੰਦੀ ਛੋੜ ਦਿਵਸ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿਉਂਕਿ ਦੀਵਾਲੀ ਵਾਲੇ ਦਿਨ ਸਾਡੇ ਜਿਹੜੇ ਕਥਾਵਾਚਕ ਨੇ ਪ੍ਰਚਾਰਕ ਨੇ ਹਰ ਗੁਰੂ ਘਰ ਤੋਂ ਇਸ ਸਾਖੀ ਦੀ ਗੱਲ ਕਰਦੇ ਨੇ ਔਰ ਬੰਦੀ ਛੋੜ ਦਿਵਸ ਨੂੰ ਯਾਪਕੀ ਇਹ ਦੀਵਾਲੀ ਨੂੰ ਤਕਰੀਬਨ ਇਸ ਸਾਖੀ ਨਾਲ ਜਾਂ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਜੋੜ ਕੇ ਹੀ ਕੀਤਾ ਜਾਂ ਗੱਲ ਕੀਤੀ ਜਾਂਦੀ ਹੈ ਤਾਂ ਅਸੀਂ ਸਾਰਿਆਂ ਨੇ ਬਚਪਨ ਤੋਂ ਹੀ ਸਾਖੀ ਸੁਣੀ ਹੋਣੀ ਹੈ ਤੇ ਆਪਾਂ ਬੜੀ ਬਰੀਫ ਤੇ ਵਿੱਚ ਬੰਦੀ ਛੋੜ ਦਿਵਸ ਦੀ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਸ਼ਾ ਬਣਦੇ ਨੇ ਗੁਰਤਾ ਗੱਦੀ ਉਹਨਾਂ ਨੂੰ ਮਿਲਦੀ ਹੈ ਤਾਂ ਉਹ ਕੁਝ ਸਿੱਖੀ ਦੇ ਵਿੱਚ ਵੱਡੇ ਬਦਲਾਅ ਕਰਦੇ ਨੇ ਜਿਸ ਤੇ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਮੀਰੀ ਪੀਰੀ ਦਾ ਕਨਸੈਪਟ ਲੈ ਕੇ ਆਉਂਦੇ ਨੇ ਸਿੱਖਾਂ ਨੂੰ ਹੁਕਮ ਕਰਦੇ ਨੇ ਕਿ ਉਹ ਸ਼ਸਤਰ ਭੇਟ ਕਰਨ ਤੇ ਨਾਲ ਸ਼ਸਤਰ ਰੱਖਣ ਤੇ ਨਾਲ ਘੋੜੇ ਰੱਖਣ ਤੇ ਘੋੜੇ ਗੁਰੂ ਸਾਹਿਬ ਨੂੰ ਭੇਟ ਕਰਨ ਹੁਣ ਨਾਲ ਇੱਕ ਜਿਹੜੀ ਆਪਾਂ ਕਹਿੰਦੀ ਮਾਰਸ਼ਲ ਆਰਟ ਦੀ ਟ੍ਰੇਨਿੰਗ ਹੈ ਉਹ ਵੀ ਸ਼ੁਰੂਆਤ ਹੁੰਦੀ ਹੈ ਉਤੋਂ ਤਾਂ ਇਹ ਸਾਰਿਆਂ ਨੂੰ ਜੋ ਉਸ ਸਮੇਂ ਲਾਹੌਰ ਦਾ ਨਵਾਬ ਸੀਗਾ ਮਰਤਜ਼ਾ ਖਾਂ ਉਹ ਸਾਰਾ ਕੁਝ ਦੇਖ ਰਿਆ ਸੀਗਾ ਤਾਂ ਉਹ ਦੇਖਦਾ ਹੈ ਕਿ ਕਿਸ ਤਰੀਕੇ ਨੇ ਸਿੱਖਾਂ ਨੇ ਇੱਕਦਮ ਤੋਂ ਮਾਰਸ਼ਲ ਆਰ ਸ਼ੁਰੂ ਕਰਤੀ ਹੈ ਫੌਜ ਰੱਖਣੀ ਸ਼ੁਰੂ ਕਰ ਦਿੱਤੀ ਹੈ ਤਾਂ ਉਹ ਇਹ ਸ਼ਿਕਾਇਤ ਲੈ ਕੇ ਜਹਾਂਗੀਰ ਦੇ ਕੋਲ ਜਾਂਦਾ ਹੈ ਔਰ ਕਈ ਤਰ੍ਹਾਂ ਦੇ ਝੂਠ ਵੀ ਬੋਲਦਾ ਹੈ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਤਿਆਰ ਕਰ ਲਈ ਹੈ ਉਹ ਆਪਣੇ ਪਿਤਾ ਜੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਜਹਾਂਗੀਰ ਦੇ ਕੋਲ ਆਉਣ ਲੱਗੇ ਨੇ ਉਹਦੇ ਕੋਲ ਹਮਲਾ ਕਰ ਲੱਗੇ ਨੇ ਔਰ ਇਦਾਂ ਦੇ ਕਈ ਝੂਠ ਬੋਲੇ ਜਾਂਦੇ ਨੇ ਜਿਸ ਤੋਂ ਬਾਅਦ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਆਪਣੀ ਫੌਜ ਭੇਜਦਾ ਆ ਉਸ ਤੋਂ ਬਾਅਦ ਕੁਝ ਹੋਰ ਇਤਿਹਾਸਿਕ ਘਟਨਾਵਾਂ ਘਟਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਲਿੱਤਾ ਜਾਂਦਾ ਆ 1617 ਦੇ ਵਿੱਚ ਉੱਥੇ ਗੁਰੂ ਸਾਹਿਬ ਦੇਖਦੇ ਨੇ ਕਿ ਉੱਥੇ ਵੀ ਕਈ ਹੋਰ ਹਿੰਦੂ ਰਾਜੇ ਕੈਦ ਨੇ ਔਰ ਉੱਥੇ ਕੈਦੀਆਂ ਦੇ ਹਾਲਾਤ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਸਨ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸਿੱਖ ਸੰਗਤਾਂ ਗਵਾਲੀਅਰ ਦੇ ਵਿੱਚ ਜਾ ਕੇ ਇਕੱਠੀਆਂ ਹੁੰਦੀਆਂ ਨੇ ਬਾਬਾ ਬੁੱਢਾ ਜੀ ਤਾਂ ਹੋਰ ਕਈ ਗੁਰਸਿੱਖਾਂ ਦੁਆਰਾ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਗੁਰੂ ਸਾਹਿਬ ਜੀ ਨੂੰ ਉੱਥੋਂ ਛਡਾਉਣ ਦੀਆਂ ਕਿਉਂਕਿ ਸੰਗਤਾਂ ਗੁਰੂ ਸਾਹਿਬ ਦੇ ਦ ਮੀਆਂ ਮੀਰ ਕੋਸ਼ਿਸ਼ ਕਰਦੇ ਨੇ ਤਾਂ ਹੋਰ ਕਈ ਗੁਰਸਿੱਖਾਂ ਦੀਆਂ ਅਰਦਾਸਾਂ ਤੇ ਕੋਸ਼ਿਸ਼ਾਂ ਤੋਂ ਬਾਅਦ 1619 ਦੇ ਵਿੱਚ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਨ ਦਾ ਫੈਸਲਾ ਕੀਤਾ ਜਾਂਦਾ ਆ ਮਗਰ ਗੁਰੂ ਸਾਹਿਬ ਉੱਤੇ ਇੱਕ ਸ਼ਰਤ ਰੱਖਦੇ ਨੇ ਉਹ ਇਕੱਲੇ ਨਹੀਂ ਜਾਣਗੇ ਨਾਲ ਜਿੰਨੇ ਹੋਰ 52 ਰਾਜੇ ਦੱਸਿਆ ਜਾਂਦਾ ਗਿਣਤੀ ਦੇ ਵਿੱਚ ਕਿ 52 ਰਾਜੇ ਜਿਹੜੇ ਕੈਦ ਨੇ ਉਹਨਾਂ ਨੂੰ ਵੀ ਨਾਲ ਛੱਡਿਆ ਜਾਵੇ ਤਾਂ ਹੀ ਉਹ ਕਿਲੇ ਤੋਂ ਬਾਹਰ ਜਾਣਗੇ ਇੱਥੇ ਜਹਾਂਗੀਰ ਇੱਕ ਹੋਰ ਸ਼ਰਤ ਰੱਖ ਦਿੰਦਾ ਹੈ ਕਿ ਜਿੰਨੇ ਵੀ ਰਾਜੇ ਜਾਂ ਕੈਦੀ ਗੁਰੂ ਸਾਹਿਬ ਦਾ ਚੋਲਾ ਫੜ ਕੇ ਬਾਹਰ ਆ ਜਾਣਗੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏਗਾ ਬਾਕੀਆਂ ਨੂੰ ਨਹੀਂ ਇੱਥੇ ਗੁਰੂ ਸਾਹਿਬ ਇੱਕ ਸਪੈਸ਼ਲ ਡਿਜ਼ਾਈਨ ਕਰਵਾ ਕੇ ਚੋਲਾ ਸਮਾਉਂਦੇ ਨੇ ਜਿਸ ਦੇ ਵਿੱਚ 52 ਕਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਫੜ ਕੇ ਜਿਹੜੇ 52 ਰਾਜੇ ਨੇ ਉਹ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਂਦੇ ਨੇ ਔਰ ਜਿਹੜੇ ਬੰਦੀ ਸੀਗੇ ਉਹਨਾਂ ਦੀ ਰਿਹਾਈ ਹੁੰਦੀ ਹੈ ਤਾਂ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚਦੇ ਨੇ ਉਥੇ ਸੰਗਤਾਂ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕਰਦੀਆਂ ਨੇ ਔਰ ਇਹ ਦੱਸਿਆ ਜਾਂਦਾ ਹੈ ਇਤਿਹਾਸ 'ਚ ਕਿ ਉਸ ਦਿਨ ਦੀਵਾਲੀ ਦਾ ਦਿਨ ਸੀਗਾ ਔਰ ਇਸ ਦਿਨ ਨੂੰ ਸਿੱਖ ਸੰਗਤਾਂ ਬੰਦੀ ਛੋੜ ਦਿਵਸ ਦੇ ਤੌਰ ਤੇ ਬਣਾਉਂਦੀਆਂ ਨੇ ਕਈ ਇਤਿਹਾਸਿਕ ਸਰੋਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਸ੍ਰੀ ਅਮਰ ਸੇਵ ਸਾਹਿਬ ਪਹੁੰਚਣ ਦਾ ਤੇ ਐਕਚੁਅਲ ਦੀਵਾਲੀ ਦੇ ਦਿਨ ਦੇ ਵਿੱਚ ਕਾਫੀ ਫਰਕ ਸੀਗਾ ਔਰ ਗੁਰੂ ਸਾਹਿਬ ਅਮ੍ਰਿਤਸਰ ਦੀਵਾਲੀ ਤੋਂ ਕਾਫੀ ਦਿਨਾਂ ਬਾਅਦ ਪਹੁੰਚੇ ਸਨ ਮਗਰ ਸਮੇਂ ਦੇ ਨਾਲ ਇਹ ਜਿਹੜਾ ਦਿਨ ਸੀਗਾ ਗੁਰੂ ਸਾਹਿਬ ਜੀ ਦੇ ਅੰਮ੍ਰਿਤਸਰ ਸਾਹਿਬ ਪਹੁੰਚਣ ਦਾ ਇਹ ਦੀਵਾਲੀ ਦੇ ਨਾਲ ਹੀ ਜੁੜ ਗਿਆ ਔਰ ਸੰਗਤਾਂ ਬੰਦੀ ਛੋੜ ਦਿਵਸ ਤੇ ਦੀਵਾਲੀ ਨੂੰ ਇਕੱਠੇ ਤੌਰ ਤੇ ਮਨਾਉਣ ਲੱਗ ਪਈ ਹੁਣ ਅਸੀਂ ਗੱਲ ਕਰਦੇ ਹਾਂ 17ਵੀਂ ਸਦੀ ਦੇ ਸਿੱਖ ਇਤਿਹਾਸ ਤੇ ਉਹਦਾ ਦੀਵਾਲੀ ਦੇ ਨਾਲ ਕੀ ਸੰਬੰਧ ਹੈ ਜਿਵੇਂ ਅਸੀਂ ਵੀਡੀਓ ਦੀ ਸ਼ੁਰੂਆਤ ਵਿੱਚ ਦੱਸਿਆ ਕਿ ਜਦੋਂ ਦੀਵਾਲੀ ਵਰਗੇ ਵੱਡੇ ਤਿਉਹਾਰ ਉੱਥੇ ਮਨਾਏ ਜਾਂਦੇ ਸੀਗੇ ਤਾਂ ਸਿੱਖ ਇਸ ਦਿਨ ਇੱਕ ਵੱਡਾ ਕੱਟ ਸ਼੍ਰੀ ਦਰਬਾਰ ਸਾਹਿਬ ਕਰਦੇ ਹੁੰਦੇ ਸੀਗੇ ਜਨੂੰ ਆਪਾਂ ਦੀਵਾਲੀ ਦਾ ਮੇਲਾ ਵੀ ਕਿਹਾ ਜਾਂਦਾ ਆ ਤਾਂ ਕਈ ਸਾਲ ਮੁਗਲ ਹਕੂਮਤ ਦੀ ਸਖਤੀ ਕਰਕੇ ਇਹ ਕੱਟ ਨਹੀਂ ਵੀ ਹੋ ਸਕੇ ਮਗਰ ਜਦੋਂ ਵੀ ਇਹ ਕੱਟ ਹੁੰਦੇ ਸੀਗੇ ਬੜੇ ਵੱਡੇ ਪੱਦਰ ਤੇ ਹੁੰਦੇ ਸੀਗੇ ਔਰ ਇਹਨੂੰ ਸਿੱਖ ਸਰਬਤ ਖਾਲਸਾ ਨਾਂ ਵੀ ਦਿੰਦੇ ਸੀਗੇ ਔਰ ਇੰਨਾ ਕੱਠਾਂ ਦੇ ਵਿੱਚ ਕਈ ਵੱਡੇ ਅਹਿਮ ਇਤਿਹਾਸਕ ਫੈਸਲੇ ਵੀ ਲਏ ਗਏ ਜਿਨ੍ਹਾਂ ਨੂੰ ਗੁਰਮਤਾ ਕਿਹਾ ਜਾਂਦਾ ਸੀਗਾ ਜਿਨ੍ਹਾਂ ਦਾ ਜ਼ਿਕਰ ਅਸੀਂ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਅੱਜ ਤੇ ਇਸ ਵੀਡੀਓ ਵਿੱਚ ਅਸੀਂ ਭਾਈ ਮਨੀ ਸਿੰਘ ਹੁਣਾਂ ਦੀ ਗੱਲ ਕਰਾਂਗੇ ਤੇ ਉਹਨਾਂ ਦੀ ਸ਼ਹਾਦਤ ਦੀ ਕਿ ਜਿਹੜਾ ਡਾਇਰੈਕਟ ਕਨੈਕਸ਼ਨ ਜਿਹੜਾ ਆ ਉਹ ਦੀਵਾਲੀ ਦੇ ਕੱਠ ਦੇ ਨਾਲ ਬਣਦਾ ਆ 1737 ਦੇ ਵਿੱਚ ਜਦੋਂ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਸਿਗੇ ਉਹ ਦੇਖਦੇ ਨੇ ਕਿ ਇੱਕ ਲੰਮੇ ਸਮੇਂ ਤੋਂ ਦੀਵਾਲੀ ਦਾ ਇਹ ਜਿਹੜਾ ਇਕੱਠ ਆ ਸ੍ਰੀ ਹਮਦਸਰ ਸਾਹਿਬ ਨਹੀਂ ਹੋ ਪਾਇਆ ਤੇ ਉਹ ਸੋਚਦੇ ਨੇ ਕਿ ਇਸ ਸਾਲ ਇਹ ਵੱਡਾ ਇਕੱਠ ਕੀਤਾ ਜਾਵੇ ਔਰ ਬਹੁਤ ਲੰਮੇ ਸਮੇਂ ਤੋਂ ਜਿਹੜੇ ਸਿੱਖਾਂ ਦੇ ਕਈ ਮਸਲੇ ਪੈਂਡਿੰਗ ਪਏ ਨੇ ਕਿਉਂਕਿ ਸਿੱਖਾਂ ਦੀ ਲੀਡਰਸ਼ਿਪ ਇਕੱਠੀ ਨਹੀਂ ਹੋ ਸਕੀ ਤੇ ਕਈ ਜਿਹੜੇ ਫੈਸਲੇ ਸੀਗੇ ਪੈਂਡਿੰਗ ਪਏ ਸੀਗੇ ਤਾਂ ਉਹ ਕਹਿੰਦੇ ਵੀ ਉਹਨਾਂ ਦੇ ਉੱਤੇ ਵਿਚਾਰ ਕਰ ਸਕੀਏ ਤਾਂ ਕਿ ਕੁਝ ਅਹਿਮ ਫੈਸਲੇ ਜਿਹੜੇ ਉਹ ਅਸੀਂ ਲੈ ਸਕੀਏ ਭਵਿੱਖ ਨੂੰ ਦੇਖਦੇ ਹੋਏ ਤਾਂ ਉਹ ਇਸ ਕੱਟ ਦੇ ਸੰਦਰਭ ਦੇ ਵਿੱਚ ਉਸ ਸਮੇਂ ਲਾਹੌਰ ਦਾ ਸੁਬੇਦਾਰ ਜਕਰਿਆ ਖਾਨ ਹੈ ਉਹਦੇ ਕੋਲ ਇੱਕ ਅਰਜੀ ਭੇਜਦੇ ਨੇ ਪਰਮਿਸ਼ਨ ਦੇ ਲਈ ਕਿ ਅਸੀਂ ਇਸ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਦੀਵਾਲੀ ਦਾ ਕੱਟ ਕਰਨਾ ਚਾਹੁੰਦੇ ਆ ਤਾਂ ਜਿਹੜਾ ਜਕਰਿਆ ਖਾਨ ਹੈ ਉਹ ਸਾਹਮਣੇ ਇੱਕ ਸ਼ਰਤ ਰੱਖਦਾ ਹੈ ਕਿ ਤੁਸੀਂ ਕੱਟ ਕਰ ਸਕਦੇ ਹੋ ਬਟ ਉਹ ਇੱਕ ਟੈਕਸ ਲਗਾ ਦਿੰਦਾ ਆ ਕਿ ਤੁਹਾਨੂੰ ਇੰਨੇ ਪੈਸੇ ਦੇਣੇ ਪੈਣਗੇ ਤਾਂ ਹੀ ਤੁਸੀਂ ਕੱਟ ਕਰ ਪਾਓਗੇ ਤਾਂ ਭਾਈ ਸਾਹਿਬ ਜੀ ਉਸ ਚੀਜ਼ ਤੋਂ ਰਾਜ਼ੀ ਹੋ ਜਾਂਦੇ ਨੇ ਤਾਂ ਕੁਝ ਇਤਿਹਾਸਕਾਰ ਉਹ ਅਮਾਉਂਟ ਨੂੰ 5000 ਦੱਸਦੇ ਨੇ ਤੇ ਕਈ ਕੁਝ ਇਤਿਹਾਸ ਦੇ ਵਿੱਚ ਉਹਨੂੰ 10000 ਦੱਸਿਆ ਜਾਂਦਾ ਆ ਬਟ ਉਹ ਆਪਣੇ ਆਪ ਦੇ ਵਿੱਚ ਇੱਕ ਕਰੋੜਾਂ ਦੀ ਅਮਾਉਂਟ ਹੈ ਜੇ ਅਸੀਂ ਉਹਨੂੰ ਅੱਜ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਤਾਂ ਇਹ ਜਿਹੜਾ ਪੈਸਾ ਵੀ ਇਕੱਠਾ ਹੋਣਾ ਸੀਗਾ ਜੋ ਟੈਕਸ ਦੇ ਰੂਪ ਚ ਦੇਣਾ ਸੀਗਾ ਇਹ ਕਿੱਥੋਂ ਹੋਣਾ ਸੀਗਾ ਕਿ ਜਦੋਂ ਸਿੱਕਾਂ ਦੇ ਜਥੇ ਜੜੇ ਆ ਮੋਲਕ ਦੇ ਅਲੱਗ-ਅਲੱਗ ਕਾਰਨਰਸ ਤੋਂ ਆਉਂਦੇ ਆ ਉਹ ਜੋ ਚੜਾਵਾ ਚੜਾਉਂਦੇ ਆ ਉਸੇ ਚੜਾਵੇ ਤੋਂ ਹੀ ਇਹ ਜਿਹੜਾ ਟੈਕਸ ਸੀਗਾ ਉਹ ਸਰਕਾਰ ਨੂੰ ਦੇਣਾ ਸੀਗਾ ਇੱਕ ਪਾਸੇ ਭਾਈ ਮਾਨੀ ਸਿੰਘ ਜੀ ਸ਼੍ਰੀ ਅਮਰਸਰ ਸਾਹਿਬ ਹੋਣ ਵਾਲੇ ਇਸ ਵੱਡੇ ਘਟ ਦੀ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਉਸੇ ਸਮੇਂ ਲਖਪਤ ਰਾਏ ਜੋ ਕਿ ਸਿੱਕਾਂ ਦਾ ਪੱਕਾ ਵੈਰੀ ਮੰਨਿਆ ਜਾਂਦਾ ਹੈ ਉਹ ਜਕਰਿਆ ਖਾਨ ਨੂੰ ਪੜਕਾਉਂਦਾ ਹੈ ਤਾਂ ਉਹ ਦੱਸਦਾ ਹੈ ਕਿ ਸਿੱਖ ਸਾਡੇ ਪੱਕੇ ਵੈਰੀ ਨੇ ਔਰ ਬੜੇ ਲੰਬੇ ਸਮੇਂ ਤੋਂ ਸਾਨੂੰ ਤੰਗ ਕਰ ਰਹੇ ਹੋ ਸਾਡੇ ਕਾਬੂ 'ਚ ਨਹੀਂ ਆ ਰਹੇ ਇਹ ਸਾਡੇ ਕੋ ਇੱਕ ਬੜਾ ਵਧੀਆ ਮੌਕਾ ਆ ਜਦੋਂ ਸਾਰੀ ਸਿੱਖਾਂ ਦੀ ਲੀਡਰਸ਼ਿਪ ਅੰਮ੍ਰਿਤਸਰ ਸਾਹਿਬ ਕੱਟੀ ਹੋਈ ਹੋਏਗੀ ਅਸੀਂ ਇਹਨਾਂ ਨੂੰ ਕਾਬੂ ਕਰ ਸਕਦੇ ਹਾਂ ਅਸੀਂ ਇਹਨਾਂ ਨੂੰ ਖਤਮ ਕਰ ਸਕਦੇ ਹਾਂ ਤਾਂ ਇਹ ਇੱਕ ਮੌਕਾ ਸਾਨੂੰ ਗਵਾਉਣਾ ਨਹੀਂ ਚਾਹੀਦਾ ਜਕਰੇਖਾਨ ਵੀ ਸੋਚਦਾ ਹੈ ਕਿ ਹਾਂ ਸਿੱਖ ਤਾਂ ਸਾਨੂੰ ਬਹੁਤ ਲੰਬੇ ਚਮੇ ਤੋਂ ਤੰਗ ਕਰ ਰਹੇ ਆ ਇਹ ਗੋਰੀਲਾ ਵਾਰ ਕਰਦੇ ਨੇ ਸਾਡੇ ਹੱਥ ਨਹੀਂ ਆਉਂਦੇ ਤਾਂ ਇਹ ਅੱਜ ਅਸੀਂ ਇਹਨਾਂ ਨੂੰ ਕਾਬੂ ਕਰ ਸਕਦੇ ਆ ਤਾਂ ਜਿਹੜੀ ਫੌਜ ਹੈ ਉਹਦੀਆਂ ਸਰਗਰਮੀਆਂ ਉਸ ਦੌਰਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ੁਰੂ ਹੋ ਜਾਂਦੀਆਂ ਨੇ ਔਰ ਇਹਦੀ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਵੀ ਲਖਪਤ رائے ਨੂੰ ਦਿੱਦਤੀ ਜਾਂਦੀ ਆ ਕਿ ਤੁਸੀਂ ਟੈਕਸ ਦੀ ਕਲੈਕਸ਼ਨ ਵੀ ਦੇਖਣੀ ਹੈ ਤੇ ਜਿਹੜੀ ਸਿੱਖ ਆਉਂਦੇ ਨੇ ਜਦੋਂ ਇੱਥੇ ਇਕੱਠ ਹੁੰਦੇ ਨੇ ਤੁਸੀਂ ਉਹ ਵੀ ਦੇਖਣਾ ਕਿ ਕਿਸ ਸਮੇਂ ਕਿਹੜਾ ਸਹੀ ਸਮੇਂ ਆ ਜਦੋਂ ਅਸੀਂ ਹਮਲਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਆ ਪਰ ਪਾਈ ਮਨੀ ਸੰਘ ਜੀ ਬੜੇ ਦੂਰਦਰਸ਼ੀਗੇ ਉਹਨਾਂ ਨੇ ਇਸ ਚੀਜ਼ ਨੂੰ ਪਾਪ ਲਿਆ ਕਿ ਅਚਾਨਕ ਜਿਹੜੀ ਫੌਜ ਦੀ ਸਰਗਰਮੀਆਂ ਨੇ ਉਹ ਸ਼ਹਿਰ ਦੇ ਵਿੱਚ ਵਧ ਗਿਆ ਨੇ ਤਾਂ ਉਹ ਇਹ ਚੀਜ਼ ਨੂੰ ਪਾਪ ਲੈਂਦੇ ਨੇ ਕਿ ਸਰਕਾਰ ਦੀ ਨੀਅਤ ਠੀਕ ਨਹੀਂ ਸਰਕਾਰ ਦੀ ਨੀਅਤ ਵਿੱਚ ਖੋਟ ਆ ਤਾਂ ਉਹ ਫਿਰ ਜਿਹੜੇ ਸਿੱਖ ਸੀਗੇ ਸਿੱਖ ਜਥੇਦਾਰ ਸੀਗੇ ਹੁਣ ਉਹਨਾਂ ਨੂੰ ਰਿਸਕ ਦੇ ਵਿੱਚ ਨਹੀਂ ਲਿਆਉਣਾ ਚਾਹੁੰਦੇ ਸੀ ਉਹ ਦੇਖਦੇ ਵੀ ਅਗਰ ਸਿੱਖ ਇੱਥੇ ਆਉਂਦੇ ਆ ਤਾਂ ਵੱਡਾ ਜਿਹੜਾ ਘਾਣ ਆ ਉਹ ਸਿੱਖਾਂ ਦਾ ਕੀਤਾ ਜਾ ਸਕਦਾ ਆ ਉਹ ਦੁਬਾਰਾ ਜਿਹੜਾ ਚਿੱਠੀ ਪੱਤਰ ਹੈ ਉਹ ਸਿੱਖਾਂ ਨੂੰ ਭੇਜਦੇ ਨੇ ਕਿ ਜਿਹੜਾ ਇਸ ਸਾਲ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕੱਟ ਕਰਨਾ ਸੀਗਾ ਉਹ ਅਸੀਂ ਨਹੀਂ ਕਰਨਾ ਤੁਸੀਂ ਉੱਥੇ ਨਾ ਪਹੁੰਚੋ ਕਿਉਂਕਿ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਆ ਤਾਂ ਜੋ ਸਰਕਾਰ ਸੋਚ ਰਹੀ ਸੀਗੀ ਉਹ ਸਾਰਾ ਕੁਝ ਉਹ ਸਿੱਖਾਂ ਨੂੰ ਦੱਸਦੇ ਨੇ ਮਗਰ ਇਸ ਦੌਰਾਨ ਕਈ ਜਿਹੜੇ ਛੋਟੇ ਜਥੇ ਸੀਗੇ ਸਿੱਖਾਂ ਦੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦੇ ਨੇ ਤਾਂ ਕੁਝ ਜੜੀਆਂ ਛੋਟੀਆਂ-ਮੁਟੀਆਂ ਝੜਪਾਂ ਨੇ ਉਹ ਵੀ ਆਪਣੇ ਸਿੱਖਾਂ ਦੇ ਵਿੱਚ ਤੇ ਮੁਗਲਾਂ ਦੀ ਫੌਜਾਂ ਦੇ ਵਿੱਚ ਹੁੰਦੀਆਂ ਨੇ ਮਗਰ ਜਿਹੜਾ ਬਹੁਤ ਵੱਡਾ ਘੱਟ ਸੀਗਾ ਦੀਵਾਲੀ ਤੇ ਹੋਣਾ ਸ੍ਰੀ ਅਮਰitsar ਸਾਹਿਬ ਉਹ ਨਹੀਂ ਹੁੰਦਾ ਤਾਂ ਨਾ ਹੀ ਉਨ੍ਹਾਂ ਚੜਾਵਾ ਚੜਦਾ ਆ ਤੇ ਜਿਹੜਾ ਟੈਕਸ ਸਰਕਾਰ ਨੇ ਤੈਅ ਕੀਤਾ ਸੀਗਾ ਉਹ ਵੀ ਇਕੱਠਾ ਨਹੀਂ ਹੁੰਦਾ ਤੇ ਭਾਈ ਮਨੀ ਸਿੰਘ ਜੀ ਜਕਰੀਆ ਖਾਨ ਦੇ ਕੋਲ ਸੁਨੇਹਾ ਭੇਜਦੇ ਨੇ ਕਿ ਜੋ ਘੱਟ ਦੀਵਾਲੀ ਦਾ ਹੋਣਾ ਸੀਗਾ ਸ੍ਰੀ ਅਮਰitsar ਸਾਹਿਬ ਤੇ ਉਹ ਘੱਟ ਨਹੀਂ ਹੋ ਸਕਿਆ ਤੇ ਜਿਹੜਾ ਚੜਾਵਾ ਚੜਨਾ ਸੀਗਾ ਉਹ ਵੀ ਚੜਾਵਾ ਉਹਨਾਂ ਨਹੀਂ ਚੜਿਆ ਤਾਂ ਜੋ ਟੈਕਸ ਤੁਸੀਂ ਸਾਨੂੰ ਤੈਅ ਕੀਤਾ ਸੀਗਾ ਉਹ ਟੈਕਸ ਵੀ ਇਕੱਠਾ ਨਹੀਂ ਹੋਇਆ ਤਾਂ ਅਸੀਂ ਤੁਹਾਨੂੰ ਉਹ ਜਿਹੜੀ ਅਮਾਊਂਟ ਨਹੀਂ ਦੇ ਸਕਦੇ ਇਸ ਗੱਲ ਤੋਂ ਜਕਰਿਆ ਖਾਨ ਬੜਾ ਗੁੱਸੇ 'ਚ ਆ ਜਾਂਦਾ ਹੈ ਕਿਉਂਕਿ ਐਕਚੁਅਲ 'ਚ ਉਹ ਗੁੱਸੇ ਇਸ ਗੱਲ ਤੋਂ ਸੀਗਾ ਕਿ ਜੋ ਮਨਸੂਬੇ ਉਹਨਾਂ ਨੇ ਸੋਚਿਆ ਹੋਇਆ ਸੀ ਜੋ ਉਹਨਾਂ ਨੇ ਦਿਮਾਗ 'ਚ ਸੀਗਾ ਕਿ ਅਸੀਂ ਸਿੱਖਾਂ ਨੂੰ ਕਿ ਕਾਬੂ ਕਰਨਾ ਹੈ ਉਹਨਾਂ ਦੇ ਉਹ ਮਨਸੂਬੇ ਜਿਹੜੇ ਪੂਰੇ ਨਹੀਂ ਹੋਏ ਇਸ ਗੱਲ ਦਾ ਗੁੱਸਾ ਜ਼ਿਆਦਾ ਸੀਗਾ ਉਹ ਇਹਦਾ ਸਾਰਾ ਜਿਹੜਾ ਦੋਸ਼ ਆ ਉਹ ਭਾਈ ਮਨੀ ਸਿੰਘ ਹੁਣਾਂ ਦੇ ਉੱਤੇ ਲਾ ਦਿੰਦੇ ਨੇ ਉਸ ਤੋਂ ਬਾਅਦ ਜ਼ਕਰੀਆ ਖਾਨ ਗੁੱਸੇ ਵਿੱਚ ਆ ਕੇ ਭਾਈ ਮਨੀ ਸਿੰਘ ਹੁਣਾਂ ਨੂੰ ਗ੍ਰਿਫਤਾਰ ਕਰ ਲੈਂਦਾ ਆ ਤੇ ਨਾਲ ਇਹ ਕਹਿੰਦਾ ਕਿ ਜਾਂ ਤਾਂ ਤੁਸੀਂ ਸਾਨੂੰ ਉਹ ਟੈਕਸ ਦਾ ਪੈਸਾ ਦੇਵੋ ਨਹੀਂ ਤਾਂ ਅਸੀਂ ਤੁਹਾਨੂੰ ਸ਼ਹੀਦ ਕਰ ਦੇਵਾਂਗੇ ਉਸ ਸਮੇਂ ਬਹੁਤ ਸਾਰੇ ਵੱਡੇ ਵਪਾਰੀ ਸੀਗੇ ਲਾਹੌਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਤੇ ਕਈ ਸਿੱਖ ਸੰਗਤਾਂ ਜੋ ਕਿ ਇਹ ਤੈਅ ਕਰਦੀਆਂ ਨੇ ਕਿ ਵੀ ਅਸੀਂ ਜੋ ਸਰਕਾਰ ਦਾ ਟੈਕਸ ਦਾ ਪੈਸਾ ਸੀਗਾ ਅਸੀਂ ਦੇ ਦਿੰਨੇ ਆ ਤੇ ਭਾਈ ਮਨੀ ਸਿੰਘ ਹੁਣਾਂ ਨੂੰ ਛੁੜਾ ਲੈ ਨੇ ਮਗਰ ਭਾਈ ਮਨੀ ਸਿੰਘ ਜੀ ਇਸ ਗੱਲ ਤੋਂ ਮਨਾ ਕਰ ਦਿੰਦੇ ਨੇ ਉਹ ਕਹਿੰਦੇ ਜਦ ਕਾਠ ਹੀ ਨਹੀਂ ਹੋਇਆ ਤੇ ਟੈਕਸ ਕਿਸ ਗੱਲ ਦਾ ਤੇ ਨਾਲੇ ਕਿਸੇ ਵੀ ਤਰ੍ਹਾਂ ਅਸੀਂ ਜਿਹੜੀ ਸਿੱਖ ਸੰਗਤਾਂ ਦੀ ਗੁੱਲਕ ਹੈਗੀ ਆ ਉਹਦਾ ਅਸੀਂ ਗਲਤ ਇਸਤੇਮਾਲ ਨਹੀਂ ਹੋਣ ਦੇਣਾ ਤੋਂ ਇਸ ਗੱਲ ਤੋਂ ਮਨਾ ਕਰ ਦਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਜਿਹੜਾ ਸਰਕਾਰ ਨੂੰ ਟੈਕਸ ਨਹੀਂ ਦਿੱਤਾ ਜਾਊਗਾ ਔਰ ਇਹਦਾ ਨਤੀਜਾ ਕੀ ਹੁੰਦਾ ਆ ਕੀ 1738 ਦੇ ਵਿੱਚ ਜਾ ਕੇ ਭਾਈ ਮਨੀ ਸਿੰਘ ਹੁਣਾਂ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਦਾ ਬੰਦ-ਬੰਦ ਜਿਹੜਾ ਆ ਉਹ ਕੱਟਿਆ ਜਾਂਦਾ ਆ ਹੁਣ ਅਗਰ ਆਪਾਂ ਦੇਖੀਏ ਕਿ ਜਿਹੜਾ ਦੀਵਾਲੀ ਦਾ ਕੱਠ ਸੀਗਾ ਉਹ ਇੱਕ ਬਹਾਨਾ ਬਣਦਾ ਆ 1737 ਵਾਲਾ ਜਿਹੜਾ ਦੀਵਾਲੀ ਦਾ ਕੱਠ ਸੀਗਾ ਉਹ ਬਹਾਨਾ ਬਣਦਾ ਆ ਭਾਈ ਮਨੀ ਸਿੰਘ ਹੁਣਾਂ ਦੀ ਸ਼ਹਾਦਤ ਦਾ ਔਰ ਇਦਾਂ ਦੇ ਕਈ ਜਿਹੜੇ ਇਨਸੀਡੈਂਟ ਆ ਉਸ ਦੌਰਾਨ ਹੁੰਦੇ ਨੇ 17ਵੀਂ ਸਦੀ ਦੇ ਵਿੱਚ ਜਿਹਦਾ ਡਾਇਰੈਕਟ ਲਿੰਕ ਜਿਹੜਾ ਆ ਉਹ ਦੀਵਾਲੀ ਦੇ ਦਿਨ ਨਾਲ ਜੁੜਦਾ ਆ ਤੇ ਅੱਜ ਅਸੀਂ ਜਦੋਂ ਦੀਵਾਲੀ ਮਨਾ ਰਹੇ ਆ ਅਸੀਂ ਅੱਜ ਦੀਵਾਲੀ ਬੰਦੀ ਛੋੜ ਦਿਵਸ ਮਨਾਉਂਦੇ ਨਾਲ ਨਾਲ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਨਾ ਆ ਜਿਨ੍ਹਾਂ ਨੇ ਉਸ ਕੱਠ ਦੇ ਲਈ ਜਾਂ ਉਸ ਦੀਵਾਲੀ ਦੇ ਦਿਨ ਜਿਹੜੀ ਹੈ ਉਹ ਸ਼ਹਾਦਤ ਦਿੱਤੀ ਹੈ ਅਸੀਂ ਉਹਨਾਂ ਦੇ ਉਸ ਸੰਕਲਪ ਨੂੰ ਯਾਦ ਕਰਨਾ ਆ ਸਿੱਖੀ ਨੂੰ ਲੈ ਕੇ ਉਹਨਾਂ ਦੇ ਸਿੱਧਕ ਨੂੰ ਯਾਦ ਕਰਨਾ ਆ ਦੀਵਾਲੀ ਦੇ ਦਿਨਾਂ ਵਿੱਚ ਇੱਕ ਸ਼ਬਦ ਅਸੀਂ ਆਮ ਹੀ ਗੁਰੂ ਘਰਾਂ ਦੇ ਵਿੱਚ ਸੁਣਦੇ ਆ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਤਾਰੇ ਜਾਤ ਸਨਾਤ ਅੰਬਰ ਭਾਲੀਐਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਐਨ तीरथ जाति जात नैन निहालियन हरचंदौरी चात वसाई उचालियन गुरुमुख सुखफल दात शब्द संभालियन शब्द दी पंक्ति ਸੁਣ ਕੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਅਸੀਂ ਆਮ ਲੋਕ ਸੋਚਦੇ ਹਾਂ ਕਿ ਸ਼ਾਇਦ ਇਸ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ ਇਸ ਗੱਲ ਦੀ ਗੱਲ ਕਰ ਰਹੇ ਆ ਕਿ ਦੀਵਾਲੀ ਦੀ ਰਾਤ ਸਾਨੂੰ ਦੀਵੇ ਬਲਨੇ ਚਾਹੀਦੇ ਹਨ ਪਰ ਅਸਲ ਦੇ ਵਿੱਚ ਜੇ ਅਸੀਂ ਪੂਰੇ ਸ਼ਬਦ ਦਾ ਭਾਵ ਅਰਥ ਸਮਝੀਏ ਤਾਂ ਇਸ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ ਅਸਲੀਅਤ ਦੇ ਵਿੱਚ ਸਾਡੀ ਮਨੁੱਖਤਾ ਦੀ ਸਾਡੀ ਜ਼ਿੰਦਗੀ ਦੀ ਨਾਸ਼ਵਾਨਤਾ ਦੀ ਟੈਂਪਰੇਰੀਨੈਸ ਦੀ ਗੱਲ ਕਰ ਰਹੇ ਆ ਤੇ ਇਸ ਨਾਸ਼ਵਾਨਤਾ ਨੂੰ ਸਮਝਾਉਣ ਦੇ ਲਈ ਭਾਈ ਗੁਰਦਾਸ ਜੀ ਇਸ ਸ਼ਬਦ ਦੇ ਵਿੱਚ ਪੰਜ ਐਗਜ਼ਾਮਪਲਾਂ ਦਿੰਦੇ ਨੇ ਤੇ ਇਸ ਐਗਜ਼ਾਮਪਲ ਦੀ ਜਿਹੜੀ ਸ਼ੁਰੂਆਤ ਹੈ ਉਹ ਦੀਵਾਲੀ ਦੀ ਰਾਤ ਤੋਂ ਗੱਲ ਕਰ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਦੀਵਾਲੀ ਦੀ ਰਾਤ ਦੀਵੇ ਬਾਲੀਐ ਭਾਵ ਕਿ ਜਿਵੇਂ ਦੀਵਾਲੀ ਦੀ ਰਾਤ ਨੂੰ ਅਸੀਂ ਦੀਵੇ ਬਾਲਦੇ ਹਾਂ ਪਰ ਜਿਹੜੇ ਦੀਵੇ ਨੇ ਇਹ ਉਦੋਂ ਤੱਕ ਹੀ ਬਲਦੇ ਨੇ ਜਦੋਂ ਇਹਨਾਂ ਵਿੱਚ ਤੇਲ ਹੁੰਦਾ ਹੈ ਭਾਵ ਕਿ ਇਹ ਸਭ ਕੁਝ ਟੈਂਪਰੇਰੀ ਹੈ ਨਾਲ ਹੀ ਦੂਜੀ ਐਗਜ਼ਾਮਪਲ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਰਾਤ ਨੂੰ ਜਿਵੇਂ ਆਕਾਸ਼ ਦੇ ਵਿੱਚ ਤਾਰੇ ਚਮਕਦੇ ਨੇ ਪਰ ਜਿਹੜੀ ਇਹ ਚਮਕ ਹੈ ਸਵੇਰ ਹੋਣ ਦੇ ਨਾਲ ਖਤਮ ਹੋ ਜਾਂਦੀ ਹੈ ਭਾਵ ਕਿ ਸਭ ਕੁਝ ਫਿਰ ਟੈਂਪਰੇਰੀ ਹੈ ਅੱਗੇ ਜਾ ਕੇ ਉਹ ਫੁੱਲਾਂ ਦੀ ਗੱਲ ਕਰਦੇ ਆ ਫੁੱਲ ਜਿਹੜੇ ਆ ਖਿੜਦੇ ਨੇ ਸਾਨੂੰ ਬੜੀ ਸੋਹਣੀ ਖੁਸ਼ਬੂ ਦਿੰਦੇ ਨੇ ਪਰ ਸਮਾਂ ਪਾ ਕੇ ਉਹ ਜਿਹੜੀ ਖੁਸ਼ਬੂ ਆ ਉਹ ਖਿੜ ਖੜਾਹਟ ਜਿਹੜੀ ਆ ਉਹ ਵੀ ਮੁਰਝਾ ਜਾਂਦੀ ਹੈ ਤੀਰਥ ਜਾਤੀ ਜਾਤ ਨੈਣ ਨਿਹਾਲੀਏ ਨੇ ਤੀਰਥਾਂ ਤੇ ਯਾਤਰੀ ਜਾਂਦੇ ਨੇ ਆਪਣੇ ਜਾਤ ਦੇ ਭੈਣ ਭਰਾਵਾਂ ਨੂੰ ਉੱਥੇ ਜਾ ਕੇ ਮਿਲਦੇ ਆ ਪਰ ਇਹ ਜਿਹੜਾ ਨੈਣ ਨਿਹਾਲਦੇ ਨੇ ਜਿਹੜੇ ਉਹ ਤੀਰਥਾਂ ਨੂੰ ਦੇਖ ਕੇ ਉਹਨਾਂ ਨੂੰ ਸੋਹਣਾ ਲੱਗਦਾ ਸਭ ਕੁਝ ਜਾ ਜਿਹੜੀ ਉਹਨਾਂ ਦੀ ਭਾਵਨਾਵਾਂ ਉੱਥੇ ਆਉਂਦੀਆਂ ਨੇ ਇਹ ਉਦੋਂ ਤੱਕ ਹੀ ਨਹੀਂ ਜਦੋਂ ਉਹ ਤੀਰਥਾਂ ਤੇ ਖੜੇ ਨੇ ਜਾਂ ਤੀਰਥਾਂ ਦੇ ਦਰਸ਼ਨ ਕਰ ਰਹੇ ਨੇ ਜਦੋਂ ਅਸੀਂ ਉਸ ਤੀਰਥਾਂ ਤੋਂ ਬਾਹਰ ਜਾਂਦੇ ਆ ਤਾਂ ਸਾਡੀ ਜਿਹੜੀ ਭਾਵਨਾਵਾਂ ਨੇ ਫਿਰ ਬਦਲ ਜਾਂਦੀਆਂ ਨੇ ਹਰ ਚੰਦੌਰੀ ਝਾਤ ਵਸਾਈ ਉਚਾਲੀਆਂ ਨੇ ਇਸੇ ਤਰ੍ਹਾਂ ਜਿਹੜੇ ਸਾਡੇ ਮਨ ਦੇ ਫੁਰਨੇ ਨੇ ਮਨ ਦੇ ਖਿਆਲ ਨੇ ਇਹ ਵੀ ਬਦਲਦੇ ਰਹਿੰਦੇ ਆ ਸੋ ਕਹਿਣ ਦਾ ਭਾਵ ਹੈ ਕਿ ਸਭ ਕੁਝ ਜਿਹੜਾ ਟੈਂਪਰੇਰੀ ਹੈ ਤੇ ਸਮੇਂ ਦੇ ਨਾਲ ਜਿਹੜਾ ਇਹ ਬਦਲਾਅ ਆ ਇਹ ਜਿਹੜਾ ਚੱਲਦਾ ਰਹਿੰਦਾ ਹੈ ਕੁਝ ਵੀ ਸਥਾਈ ਰੂਪ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਨਹੀਂ ਹੈ ਪਰ ਅੰਤ ਵਿੱਚ ਇਸ ਪੰਜ ਐਗਜ਼ਾਮਪਲਾਂ ਦੀ ਗੱਲ ਕਰਨ ਤੋਂ ਬਾਅਦ ਭਾਈ ਗੁਰਦਾਸ ਜੀ ਲਿਖਦੇ ਨੇ ਗੁਰਮੁਖ ਸੁਖਫਲਦਾਤਾ ਸ਼ਬਦ ਸਮਾਲੀਐ ਪਰ ਜਿਹੜਾ ਅਸਲੀ ਤੇ ਜਿਹੜਾ ਪਰਮਾਨੈਂਟ ਸੁਖ ਹੈ ਉਹ ਗੁਰਮੁਖਾਂ ਨੂੰ ਕਿੱਥੋਂ ਮਿਲਣਾ ਹੈ ਉਹ ਗੁਰੂ ਦੇ ਸ਼ਬਦ ਦੇ ਵਿੱਚੋਂ ਮਿਲਣਾ ਹੈ ਤਾਂ ਜੇ ਅਸੀਂ ਇਹਨਾਂ ਟੈਂਪਰਰੀ ਚੀਜ਼ਾਂ ਤੋਂ ਦੂਰ ਹੋ ਕੇ ਜੇ ਅਸੀਂ ਪਰਮਾਨੈਂਟ ਸੁਖ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਪਏਗਾ ਸਾਨੂੰ ਅੰਦਰ ਜਿਹੜਾ ਜਿਹੜਾ ਸਾਡਾ ਹਨੇਰਾ ਹੋਇਆ ਹੈ ਦੀਵਾਲੀ ਦੀ ਰਾਤ ਨੂੰ ਸਿਰਫ ਦੀਵੇ ਬਾਲ ਕੇ ਨਹੀਂ ਗੁਰੂ ਦੇ ਸ਼ਬਦ ਦਾ ਦੀਵਾ ਬਾਲ ਕੇ ਜਿਹੜਾ ਹੈ ਅਸੀਂ ਇਹ ਪਰਮ ਜਿਹੜਾ ਸੁੱਖ ਹੈ ਅਸੀਂ ਇਹ ਪਰਮਨੈਂਟ ਜਿਹੜਾ ਸੁੱਖ ਹੈ ਦੀ ਪ੍ਰਾਪਤੀ ਕਰ ਸਕਦੇ ਹਾਂ ਸੋ ਸਾਡੇ ਜਿਹੜੇ ਇਹ ਸਾਰੇ ਤਿਉਹਾਰ ਨੇ ਇਹ ਮਨਾਏ ਤਾਂ ਦੀ ਸਫਲ ਨੇ ਜੇ ਅਸੀਂ ਗੁਰੂ ਦੇ ਸੁੱਖ ਨੂੰ ਪ੍ਰਾਪਤ ਕਰਨ ਲਈ ਸ਼ਬਦ ਦੇ ਨਾਲ ਜੁੜਾਂਗੇ ਜੋ ਇਤਿਹਾਸ ਵਿੱਚ ਅਸੀਂ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਸ਼ਹੀਦਾਂ ਦਾ ਇਤਿਹਾਸ ਹੈ ਜੇ ਅਸੀਂ ਉਹਨੂੰ ਸਮਝਾਂਗੇ ਕਿ ਉਹਨਾਂ ਦਾ ਕੀ ਕਨਸੈਪਟ ਸੀ ਕਿਹੜੀਆਂ ਵੈਲਿਊਜ਼ ਕਰਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਹੜੇ ਵੈਲਿਊਜ਼ ਕਰਕੇ ਗੁਰੂ ਸਾਹਿਬ ਨੇ ਇਹ ਜਿਹੜੇ ਦਿਨ ਤਿਉਹਾਰ ਜਿਹੜੇ ਆ ਇਹ ਮਨਾਏ ਜੇ ਅਸੀਂ ਉਹਨਾਂ ਵੈਲਿਊਜ਼ ਦੇ ਨਾਲ ਜੁੜਾਂਗੇ ਫਿਰ ਹੀ ਅਸੀਂ ਜੜੀ ਆ ਸੁੱਖਾਂ ਦੀ ਪ੍ਰਾਪਤੀ ਜੜੀ ਆ ਕਰ ਸਕਾਂਗੇ ਤੇ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਇਹ ਬਹੁਤ ਜ਼ਰੂਰੀ ਆ ਕਿ ਸਿਰਫ ਅਸੀਂ ਟੈਂਪਰੇਰੀ ਦੀਵੇ ਬਾਲ ਕੇ ਜਾਂ ਮਠਾਈਆਂ ਵੰਡ ਕੇ ਹੀ ਸਿਰਫ ਇਸ ਇਹਨਾਂ ਦਿਨਾਂ ਨੂੰ ਨਾ ਅਸੀਂ ਮਨਾਉਂਦੇ ਰਹੀਏ ਅਸੀਂ ਅਸਲੀ ਸੁੱਖ ਦੀ ਪ੍ਰਾਪਤੀ ਲਈ ਜ਼ਰੂਰ ਕੰਮ ਕਰੀਏ ਅਸੀਂ ਆਪਣੇ ਅੰਦਰ ਦੇ ਹਨੇਰੇ ਨੂੰ ਜਿਹੜਾ ਹੈ ਇਹ ਖਤਮ ਕਰਨ ਦੇ ਲਈ ਗੁਰੂ ਦੇ ਰਾਹ ਤੇ। ਸੋ ਤੁਸੀਂ ਜਿਹੜੀਆਂ ਵੀ ਭਾਵਨਾਵਾਂ ਦੇ ਨਾਲ ਇਹਨਾਂ ਦਿਨਾਂ ਨੂੰ ਮਨਾ ਰਹੇ ਹੋ ਪਰਮਾਤਮਾ ਤੁਹਾਨੂੰ ਉਹਨਾਂ ਸਾਰੇ ਹੀ ਤਿਉਹਾਰਾਂ ਦੇ ਵਿੱਚ ਉਹਨਾਂ ਸਾਰੀਆਂ ਫੀਲਿੰਗਸ ਦੇ ਵਿੱਚ ਬਖਸ਼ਿਸ਼ ਕਰਨ ਆਪਣੇ ਨਾਲ ਜੋੜਨ ਤੇ ਤਿਉਹਾਰ ਮਨਾਏ ਤੁਹਾਡੇ ਸਫਲ ਹੋਣ ਵਾਈਗਲ ਸ਼ਿੱਕਾ ਖਾਸਾ